ਬੰਬੀਹਾ ਗੈਂਗ ਦੇ ਦੋ ਬਦਮਾਸ਼ਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੂੰ ਜੋ ਕਿ ਮੋਗਾ ਦਾ ਰਹਿਣ ਵਾਲਾ ਹੈ, ਉਸ ਨੂੰ ਪਹਿਲਾਂ ਤਾਂ ਵਿਦੇਸ਼ੀ ਨੰਬਰ ਤੋਂ ਕਾਲ ਕੀਤੀ ਗਈ ਤੇ ਉਸਦੇ ਕੋਲੋਂ 3 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ। ਹਾਲਾਂਕਿ ਜਦੋਂ ਉਸਦੇ ਵੱਲੋਂ 20,000 ਰੁਪਏ ਦੇਣ ਦੇ ਲਈ ਮੁੜ ਤੋਂ ਉਸੇ ਨੰਬਰ ਤੇ ਕਾਲ ਕੀਤੀ ਤਾਂ ਵਿਦੇਸ਼ ਦੇ ਵਿੱਚ ਬੈਠੇ ਇੱਕ ਸ਼ਖਸ ਨੇ, ਜੋ ਪੰਜਾਬ 'ਚ ਉਸਦੇ ਦੋ ਸਾਥੀ ਸੀ, ਉਹਨਾਂ ਦੀ ਡਿਊਟੀ ਲਗਾਈ ਕਿ ਉਹ ਇਹ ਪੈਸੇ ਲੈ ਕੇ ਆਉਣ, ਤਾਂ ਉਸ ਵਿਅਕਤੀ ਨੇ ਪਹਿਲਾਂ ਤੋਂ ਹੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਸੀ ਤੇ ਪੁਲਿਸ ਨੇ ਜਾਲ ਵਿਛਾ ਕੇ ਇਹਨਾਂ ਨੂੰ ਕਾਬੂ ਕਰ ਲਿਆ। ਹਾਲਾਂਕਿ ਜੋ ਕਾਬੂ ਕੀਤੇ ਗਏ ਨੇ ਇਹ ਬੰਬੀਹਾ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਨੇ ਤੇ ਇਹਨਾਂ ਦੇ ਕੋਲੋਂ ਇੱਕ ਪਿਸਤੌਲ ਤੇ ਨਾਲ ਹੀ ਸਕੋਰਪੀਓ ਗੱਡੀ ਨੂੰ ਵੀ ਜ਼ਬਤ ਕੀਤਾ ਗਿਆ। ਤਾਂ ਦੱਸ ਦਈਏ ਕਿ ਮਾਮਲਾ ਇਹ ਮੋਗਾ ਤੋਂ ਸਾਹਮਣੇ ਆਇਆ, ਜਿੱਥੇ ਕਿ ਬੰਬੀਹਾ ਗੈਂਗ ਦੇ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ ਇੱਕ ਪਿਸਤੌਲ ਅਤੇ ਇੱਕ ਸਕੋਰਪੀਓ ਗੱਡੀ ਜ਼ਬਤ ਕੀਤੀ ਗਈ ਹੈ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਵਿਦੇਸ਼ੀ ਨੰਬਰ ਤੋਂ ਮੋਗਾ ਦੇ ਇੱਕ ਸ਼ਖਸ ਨੂੰ ਕਾਲ ਆਉਂਦੀ ਹੈ, ਉਸਦੇ ਕੋਲੋਂ 3 ਲੱਖ ਰੁਪਏ ਦੀ ਰੰਗਦਾਰੀ ਮੰਗੀ ਜਾਂਦੀ ਹੈ, ਪਰ ਜਿਵੇਂ ਹੀ ਉਹ 20,000 ਰੁਪਏ ਦੇਣ ਦੇ ਲਈ ਮੁੜ ਤੋਂ ਕਾਲ ਕਰਦਾ ਹੈ ਤਾਂ ਜੋ ਵਿਦੇਸ਼ ਦੇ ਵਿੱਚ ਬੈਠਾ ਸ਼ਖਸ ਹੈ ਉਹ ਆਪਣੇ ਨਾਲਦਿਆਂ ਦੀ ਡਿਊਟੀ ਲਗਾਉਂਦਾ ਹੈ ਕਿ ਉਹ ਜਾ ਕੇ ਪੈਸੇ ਲੈ ਕੇ ਆਉਣ, ਤਾਂ 20,000 ਰੁਪਏ ਜਦੋਂ ਦੇਣ ਲੱਗਦਾ ਤਾਂ ਉਸ ਸਮੇਂ ਮੌਕੇ 'ਤੇ ਹੀ ਪੁਲਿਸ ਉਹਨਾਂ ਨੂੰ ਕਾਬੂ ਕਰ ਲੈਂਦੀ ਹੈ। ਤਾਂ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬੰਬੀਹਾ ਗੈਂਗ ਦੇ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ। ਐਕਸਟ੍ਰੋਸ਼ਨ ਦੀ ਕਾਲ ਫੋਰਮ ਤੋਂ ਆਈ ਸੀਗੀ, ਅੰਮੀ ਵਾਲਾ ਪਿੰਡ ਦੇ ਰਹਿਣ ਵਾਲੇ ਸੀਗੇ ਜਿਹੜੇ ਮੁਦਈ ਹੈਗੇ ਨੇ। ਜਦੋਂ ਵੈਰੀਫਾਈ ਕੀਤਾ ਗਿਆ ਤਾਂ ਉਹਦੇ ਵਿੱਚ ਵੀ ਇੱਕ ਫੋਰਮ ਦੇ ਵਿੱਚ ਬੈਠਾ, ਕੈਨੇਡਾ ਦੇ ਵਿੱਚ ਬੈਠਾ ਹੋਇਆ ਹਰਮਨ ਨਾਮ ਦਾ ਐਕਿਊਜ਼ ਜਿਹੜਾ ਹੈਗਾ ਉਹ ਵੈਰੀਫਾਈ ਹੋਇਆ ਹੈਗਾ, ਜਿਹਦੇ ਵੱਲੋਂ ਇਹ ਕਾਲ ਓਰੀਜਨੇਟ ਕੀਤੀ ਗਈ ਸੀ। ਇਸ ਤੋਂ ਇਲਾਵਾ ਇਹਨੇ ਫਿਰੋਜ਼ਪੁਰ ਦਾ ਇੱਕ ਬੰਦਾ ਨਵਦੀਪ ਜਿਹੜਾ ਹੈਗਾ ਉਹਦੀ ਡਿਊਟੀ ਲਗਾਈ ਵੀ ਤੂੰ ਪੈਸੇ ਕਲੈਕਟ ਕਰ ਲਾ। ਟੋਟਲ ਡਿਮਾਂਡ ਜਿਹੜੀ ਹੈਗੀ 3 ਲੱਖ ਰੁਪਏ ਦੀ ਸੀਗੀ, ਪਰ ਇਹਨਾਂ ਨੇ 20,000 ਰੁਪਇਆ ਦਿੱਤਾ ਸੀਗਾ ਪਹਿਲੇ, ਜਿੱਦਾਂ ਆਪਣਾ 20,000 ਰੁਪਏ ਜਦੋਂ ਕਲੈਕਟ ਕਰਕੇ ਜਦੋਂ ਸਾਨੂੰ ਪਤਾ ਲੱਗਿਆ, ਉਸ ਤੋਂ ਬਾਅਦ ਅਸੀਂ ਇਹਨੂੰ ਰਾਊਂਡਅਪ ਕੀਤਾ। ਰਾਊਂਡਅਪ ਕਰਕੇ ਜਿਹੜੇ ਨੋਟ ਉਹਨਾਂ ਨੇ ਇਹਨੂੰ ਦਿੱਤੇ ਸੀਗੇ ਉਹੀ ਨੋਟ ਜਿਹੜੇ ਹੈਗੇ ਇਹਦੇ ਕੋਲੋਂ ਬਰਾਮਦ ਵੀ ਹੋਏ। ਇਸ ਤੋਂ ਇਲਾਵਾ ਇਹਦੇ ਕੋਲੋਂ ਇੱਕ 32 ਬੋਰ ਦਾ ਰਿਵੋਲਵਰ ਮਿਲਿਆ ਹੈ, 6 ਰਾਊਂਡ ਗੋਲੀਆਂ ਦੀ ਮਿਲੀਆਂ ਹਨ ਅਤੇ 1 ਸਕੋਰਪੀਓ ਗੱਡੀ ਮਿਲੀ ਹੈ। ਇਹਦੀ ਤਫਤੀਸ਼ ਭਾਗ ਕਰ ਰਹੇ ਹੈਗੇ ਆ ਵੀ ਵੈਪਨ ਜਿਹੜਾ ਹੈਗਾ ਉਹ ਇਹਦੇ ਪਾਸ ਇਹਦੇ ਉੱਪਰ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਇਹਦੀ, ਇਹਦੇ ਉੱਪਰ ਪਹਿਲੇ ਵੀ ਖਰਚਾ NDP ਸੈਕਟਰ ਦਰਜ ਹੋਇਆ ਹੋਇਆ ਅਤੇ ਇਹਦੇ ਉੱਪਰ ਤਫਤੀਸ਼ ਆਰੰਭ ਕੀਤੀ ਗਈ ਹੈ। ਸਾਨੂੰ ਆਪਣਾ ਕਾਫੀ ਨੇੜੇ ਆਪਾਂ ਲੱਗ ਚੁੱਕੇ ਹਾਂ ਇਸ ਤਫਤੀਸ਼ ਦੇ ਵਿੱਚ ਅਤੇ ਜਲਦੀ ਆਪਾਂ ਇਹਦੇ ਬਾਰੇ ਵੀ ਸਕਾਰਪੀਓ ਗੱਡੀ ਜਿਹੜੀ ਆ ਚੋਰੀ ਦੀ ਹੈ ਜਾਂ ਇਹਨਾਂ ਦੀ ਆਪ ਦੀ ਹੈ, ਜਿਹੜੇ ਬੰਦੇ ਅਰੈਸਟ ਹੈ ਅਜੇ ਤੱਕ ਇਹ ਇਹਨਾਂ ਦੀ ਆਪ ਦੀ ਸਾਹਮਣੇ ਆਈ ਹੈ ਚੋਰੀ ਇਹ ਫਿਰੋਜ਼ਪੁਰ ਸਰਕਾਰ ਸੰਬੰਧੀ ਅੱਗੇ ਵੀ ਕਾਫੀ ਲੋਕਾਂ ਨੂੰ ਸੁਣਿਆ ਸਾਰੇ ਗਏ ਸੀ ਸਾਡੇ ਪਾਸ ਇਸ ਟਾਈਮ ਦੇ ਉੱਪਰ ਜਿੰਨੀਆਂ ਵੀ ਆਪਣੇ ਕਾਲ ਸੀਗੀਆਂ ਆਲਮੋਸਟ ਸਾਰੀਆਂ ਟਰੇਸ ਹੋ ਚੁੱਕੀਆਂ। ਆਪ ਜੀ ਨੂੰ ਆਪ ਦੇ ਨੋਟਿਸ 'ਚ ਹੀ ਹੋਊਗਾ ਵੀ ਇਹ ਤੀਜਾ ਕੇਸ ਟਰੇਸ ਹੋਇਆ ਹੈਗਾ ਇੱਕ ਹਫ਼ਤੇ ਦੇ ਵਿੱਚ। ਪਹਿਲਾਂ ਨਿਹਾਲ ਸਿੰਘ ਵਾਲਾ ਦੇ ਵਿੱਚ ਵੀ ਕਾਲ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਬਟ ਉਸ ਤੋਂ ਬਾਅਦ ਜਿੰਨੀਆਂ ਵੀ ਕਾਲਸ ਆਈਆਂ ਸਾਰੀਆਂ ਸਾਰੀਆਂ ਟਰੇਸ ਹੋਈਆਂ ਨੇ ਅਤੇ ਸਾਡੇ ਵੱਲੋਂ ਕੋਸ਼ਿਸ਼ ਹੈ ਵੀ ਆਪਾਂ ਅੱਗੇ ਵੀ ਜਿੰਨੇ ਵੀ ਇਹ ਹੈਗੇ ਨੇ ਅਕਿਊਜ਼ ਹੈਗੇ ਨੇ ਇਹਨਾਂ ਸਾਰਿਆਂ ਦੇ ਆਪਾਂ ਜਿਹੜੇ ਫੋਰਨ ਬੈਠੇ ਹੋਏ ਹੈਂਡਲਰਸ ਹੈਗੇ ਨੇ ਜਾਂ ਕੋਈ ਵੀ ਹੈਗੇ ਆਪਾਂ ਉਹਨਾਂ ਸਾਰਿਆਂ ਦੇ ਰੈੱਡ ਕਾਰਨਰ ਨੋਟਿਸ ਇਸ਼ੂ ਕਰ ਰਹੇ ਹੈਗੇ, ਉਹਨਾਂ ਡਿਪੋਰਟੇਸ਼ਨ ਪ੍ਰੋਸੈਸ ਅਸੀਂ ਸਟਾਰਟ ਕਰ ਰਹੇ ਹਾਂ। ਅੰਮੀ ਵਾਲਾ ਵਾਲਾ ਜਿਹੜਾ ਹੈਗਾ ਇਹ ਬੰਬੀਹਾ ਗੈਂਗ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ। ਮੈਂ ਆਪ ਜੀ ਨੂੰ ਦੱਸਿਆ ਵੀ ਜਿਹੜੀ ਕਾਲ ਓਰੀਜਨੇਟ ਹੋਈ ਗੋਪੀ ਲਹੌਰੀ ਵੱਲੋਂ ਹੋਈ ਸੀ, ਆਪਣਾ ਹੀ ਆਪਣੇ ਲੈਵਲ ਦੇ ਉੱਪਰ। ਹੋ ਸਕਦਾ ਪਰ ਇਹ ਤਫਤੀਸ਼ ਦਾ ਕਿਉਂਕਿ ਹੈਗਾ ਇਸ਼ੂ, ਆਪਾਂ ਇੱਕ ਵਾਰੀ ਬੈਂਕ ਵਾਲੇ ਤੋਂ ਕਲੀਅਰ ਕਰਕੇ ਆਪ ਜੀ ਨੂੰ ਦੱਸ ਦਿੰਦਾ।